ਪੀਜ਼ਾ ਡਿਲੀਵਰੀ ਬੁਆਏ ਬਣ ਗਿਆ ਤੇ ਆਪਣੇ ਪਿੱਛੇ ਡੱਬੇ ਤੇ ਉਰਸ ਦੀਆਂ ਫਲੈਕਸਾਂ ਲਾ ਕੇ ਸੂਰੀ ਐਡਵਰਟਾਈਜ਼ ਇਹਨਾਂ ਘਰ ਵਿੱਚ ਹੋਰ ਆ ਗਏ ਤੇ ਉਹ ਇਹਨਾਂ ਦੇ ਰਿਸ਼ਤੇਦਾਰ ਹੀ ਨਿਕਲ ਆਏ ਜੋਗੀ ਨੂੰ 10,000 ਰੁਪਇਆ ਦਿੱਤਾ ਤੇ ਉਹਨੂੰ ਕਹਿੰਦਾ ਯਾਰ ਮੈਨੂੰ ਕੋਈ ਡੰਗ ਵਾਲਾ ਸੱਪ ਦੇ ਤੇ ਉਹ ਇਹਨੂੰ ਇੱਕ ਦਿਹਾੜੀ ਡੰਗ ਵਾਲਾ ਹੀ ਦੇ ਗਿਆ ਅਗਲੇ ਦਿਨ ਮਰ ਗਿਆ ਆ ਭਾਈ ਜੱਜ ਹੁੰਦਾ ਸੀ ਤੇ ਨਾਲ ਤਵੀਤ ਧਾਗਾ ਵੀ ਕਰਦਾ ਅਸਲਾਮ ਵਾਲੇਕੁਮ ਜੀ ਮੇਰੇ ਸੋਸ਼ਲ ਮੀਡੀਆ ਫੈਨਸ ਮੇਰੇ ਭਰਾ ਮੇਰੇ ਬਜ਼ੁਰਗ ਅਤੇ ਮੇਰੇ ਸਾਰੇ ਜਾਣਨ ਵਾਲੇ ਇਹ ਕੋਈ ਸ਼ੋਅ ਨਹੀਂ ਮੈਂ ਕਰ ਰਿਹਾ ਇਹ ਇਕੱਲਾ ਪਾਕੜੇ ਕਰਨ ਨੂੰ ਅਸੀਂ ਕੀਤੀ ਆ ਮੈਨੂੰ ਬਹੁਤ ਖੁਸ਼ੀ ਆ ਮੈਂ ਕਹਿਣ ਮੈਂ ਜਿਹੜੇ ਜਿਹੜੇ ਲਾਗੇ ਮੈਨੂੰ ਲੱਭੇ ਨਾ ਮੈਂ ਉਹਨਾਂ ਨੂੰ ਸ਼ਰੀਕ ਕਰ ਲਿਆ ਵਿੱਚ ਮਾਸ਼ਾਅੱਲਾ ਫਰੀਦ ਭਾਈ ਤੁਸੀਂ ਜਾਣਦੇ ਉਹਨਾਂ ਨੂੰ ਬੜੀ ਦੇਰ ਬਾਅਦ ਮੈਨੂੰ ਮਿਲੇ ਨੇ ਇਹ ਵੀ ਕਾਫੀ ਦੇਰ ਬਾਅਦ ਆਏ ਨੇ ਅਸਲ 'ਚ ਨਾਜ਼ਰੀਨ ਗੱਲ ਇਹ ਆ ਕਿ ਅੱਲਾ ਪਾਕ ਨੇ ਕਰਮ ਨੂੰ ਅਸੀਂ ਕੀਤੀ ਆ ਮੈਨੂੰ ਫੋਨ ਆਇਆ ਮੇਰੇ ਚੈਨਲ ਤੋਂ 24 ਤੋਂ ਜਿਹੜੇ ਸਾਡੇ ਬੌਸ ਨੇ ਅੱਲਾ ਉਹਨਾਂ ਦੀ ਲੰਮੀ ਜ਼ਿੰਦਗੀ ਕਰੇ ਉਹਨਾਂ ਨੇ ਕਿਹਾ ਕਿ ਤੈਨੂੰ ਮੁਬਾਰਕ ਹੋਵੇ ਮੈਂ ਕਿਹਾ ਜੀ ਖੈਰ ਮੁਬਾਰਕ ਕਾਹਦੀ ਉਹਨਾਂ ਨੇ ਕਿਹਾ ਕਿ ਤੂੰ ਮੇਰੇ ਨਾਲ ਉਮਰੇ 'ਤੇ ਜਾ ਰਿਹਾ ਹੈਂਜੀ ਅਤੇ ਯਕੀਨ ਕਰੋ ਨਾਜ਼ਰੀਨ ਉਮਰਾਂ ਦੇ ਮਤਲਬ ਉੱਥੇ ਉਸ ਘਰ 'ਚ ਤਾਂ ਸਾਰਿਆਂ ਦਾ ਹੀ ਦਿਲ ਕਰਦਾ ਕਿ ਜਾਈਏ ਲੇਕਿਨ ਇੱਕ ਅਚਾਨਕ ਜਦੋਂ ਮਤਲਬ ਤੁਹਾਡਾ ਕੋਲ ਪੈਸਾ ਵੀ ਨਹੀਂ ਲੱਗ ਰਿਹਾ ਪਤਾ ਸੋਚਦੇ ਨਾ ਯਾਰ ਮੈਂ ਫਲਾਂ ਮੇਰੇ ਪੈਸੇ ਮਿਲੇ ਜਾਂ ਫਲਾਂ ਇੱਦਾਂ ਤਾਂ ਮੈਂ ਉਮਰੇ 'ਤੇ ਲੈ ਕੇ ਜਾਵਾਂਗਾ ਜਾਂ ਮੈਂ ਇੱਦਾਂ ਕਰਾਂਗਾ ਇੱਕ ਪੈਸੇ ਦਾ ਵੀ ਤਾਂ ਹਿਸਾਬ ਹੁੰਦਾ ਨਾ ਸਾਡਾ ਇੱਕ ਪਾਸੇ ਗੱਲ ਇਹ ਆ ਕਿ ਤੁਹਾਨੂੰ ਪਤਾ ਕਿ ਯਾਰ ਮੈਂ ਮਤਲਬ ਕੋਈ ਕਰੰਟ ਇਸ਼ੂ ਤਾਂ ਕੋਈ ਜ਼ੇਨ ਨਹੀਂ ਸੀ ਕਿ ਯਾਰ ਮੈਂ ਕਿਉਂਕਿ ਬਿਜ਼ੀ ਇੰਨੀ ਲਾਈਫ ਸੀ ਕਿ ਯਾਰ ਕਿ ਹੁਣੇ ਮੈਨੂੰ ਫੋਨ ਆਏਗਾ ਤਾਂ ਮੈਂ 2-4 ਦਿਨ ਦੇ ਵਿੱਚ ਹੀ ਮੈਨੂੰ ਉਹ ਮੈਂ ਉੱਥੇ ਚਲਾ ਜਾਵਾਂਗਾ ਅਤੇ ਇਹ ਸਭ ਤੋਂ ਪਹਿਲੇ ਕਰਮ ਨਵਾਜ਼ ਹੀ ਹੋਈ ਲਿਆਦਾ ਅੱਜ ਮੈਂ ਸ਼ੋਅ ਕਰਨਾ ਇਸ ਤੋਂ ਬਾਅਦ ਲੇਕਿਨ ਪਹਿਲੇ ਮੈਂ ਆਪਣੇ ਜਿਹੜੇ ਮੇਰੇ ਫੈਨਸ ਨੇ ਸਾਰੇ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕ ਦੇਵਾਂਗਾ ਅਤੇ ਉਹ ਮੈਨੂੰ ਦੇਣ ਕਿ ਅਸੀਂ ਮੈਂ ਉਮਰੇ 'ਤੇ ਚੱਲਾਂ ਸਵੇਰੇ ਖੈਰ ਮੁਬਾਰਕ ਮੈਂ ਕਹਿੰਦਾ ਅੱਲਾ ਪਾਕ ਸਾਰਿਆਂ ਨੂੰ ਆਪਣਾ ਘਰ ਵਿਖਾਵੇ ਮੈਂ ਲਾਲਾ ਜੀ ਯਕੀਨ ਕਰੋ ਕਿ ਅੱਜ ਜਦੋਂ ਮੈਨੂੰ ਕਨਫਰਮ ਹੋਇਆ ਨਾ ਕਿ ਜੀ ਸੁਬਾਹ 6 ਵਜੇ ਤੁਹਾਡੀ ਫਲੈਟ ਆ ਅਤੇ ਮੈਂ ਫਲੈਟ ਹੋ ਗਿਆ ਕਸਮੇ ਯਾਨੀ ਮੈਨੂੰ ਅਜੀਬ ਅਜੀਬ ਜਿਹਾ ਲੱਗ ਰਿਹਾ ਕਿ ਮੇਰਾ ਸ਼ੋਅ ਸੀ ਮੈਂ ਤੁਹਾਨੂੰ ਜੈਨੂਅਨ ਗੱਲ ਦੱਸਾਂ ਅੱਜ ਮੇਰਾ ਇੱਕ ਸ਼ੋਅ ਸੀ ਇੱਕ ਮਤਲਬ ਪ੍ਰਾਈਵੇਟ ਜਿਸ ਤਰ੍ਹਾਂ ਸ਼ੋਅ ਆਰਟਿਸਟਾਂ ਨੂੰ ਮਿਲ ਜਾਂਦੇ ਨੇ ਉਹ ਮੈਂ ਸ਼ੋਅ 'ਤੇ ਗਿਆ ਅੱਗੇ ਜੁਗਤਾਂ ਵੱਜ ਰਹੀਆਂ ਨੇ ਹੋਰ ਆਰਟਿਸਟ ਖੜ੍ਹੇ ਨੇ ਉਸ ਤੋਂ ਬਾਅਦ ਮੇਰੀ ਇੰਟਰੀ ਸੀ ਤੁਸੀਂ ਯਕੀਨ ਕਰੋ ਕਿ ਅੱਲਾ ਇਸ ਚੀਜ਼ ਦਾ ਗਵਾਹ ਕਿ ਮੈਨੂੰ ਉੱਥੋਂ ਪੈਸੇ ਵੀ ਚੰਗੇ ਮਿਲਣੇ ਸੀ ਮੇਰੇ ਦਿਲ 'ਚ ਇੰਨੀ ਖੁਸ਼ੀ ਔਰ ਇੰਨਾ ਕੁ ਮੇਰਾ ਧਿਆਨ ਉੱਧਰ ਸੀ ਮੈਂ ਕਿਹਾ ਯਾਰ ਮੈਂ ਇਹ ਮੇਰੇ ਕੋਲ ਹੋਣਾ ਹੀ ਨਹੀਂ ਅੱਜ ਕਸਮੇ ਬਈ ਇੰਨੀ ਖੁਸ਼ੀ ਔਰ ਇੱਦਾਂ ਦਾ ਮਾਹੌਲ ਸੀ ਕਿ ਮੈਂ ਕਹਿ ਰਿਹਾ ਸੀ ਮੇਰੇ ਕੋਲ ਹੋਣਾ ਹੀ ਨਹੀਂ ਕਿ ਸਟੇਜ 'ਤੇ ਖਲੋ ਕੇ ਮੈਂ ਵੀ ਜੁਗਤਾਂ ਔਰ ਯੇ ਵੋ ਅਤੇ ਮੈਂ ਉੱਥੇ ਜਾ ਕੇ ਬਹਿ ਕੇ ਮੇਰੀ ਅਨਾਊਂਸਮੈਂਟ ਹੋਈ ਕਿ ਜੀ ਥੋੜ੍ਹੀ ਦੇਰ ਬਾਅਦ ਸਜਾਦ ਜਾਨੀ ਸਾਹਿਬ ਅਤੇ ਮੈਂ ਉੱਥੋਂ ਨਿਕਲ ਆਇਆ ਯਾਨੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਇੱਥੇ ਖਲੋਤਾ ਨਾ ਅਤੇ ਮੈਂ ਕੋਈ ਹੋਰ ਇਮੋਸ਼ਨਲ ਕੋਈ ਗੱਲਾਂ ਸ਼ੁਰੂ ਕਰ ਲਵਾਂਗਾ ਜਿੱਦਾਂ ਮੈਂ ਹੁਣ ਕਰ ਰਿਹਾ ਜਾਣ ਦੀ ਵਜ੍ਹਾ ਤੋਂ ਲੇਕਿਨ ਮੇਰੇ ਕੋਲ ਸ਼ੋਅ ਨਹੀਂ ਹੋਣਾ ਅਤੇ ਕਰੈਕਟਰ ਐਸੇ ਅੱਗੇ ਬੈਠੇ ਹੁੰਦੇ ਨੇ ਉਹਨਾਂ ਨੂੰ ਕੀ ਵੀ ਮੈਂ ਉਮਰੇ 'ਤੇ ਜਾਣਾ ਜਾਂ ਜਦੋਂ ਉਹਨੂੰ ਪੈਸੇ ਦਿੱਤੇ ਸਾਨੂੰ ਹਸਾ ਠੀਕ ਨਾ ਜਾਂ ਤਾਂ ਪੈਸੇ ਵਾਪਸ ਕਰ ਦੇ ਅਤੇ ਕਰੀ ਜਾ ਗੱਲਾਂ ਉਮਰੇ ਦੀਆਂ ਅਤੇ ਜੇ ਅਸੀਂ ਤੈਨੂੰ ਪੈਸੇ ਦਿੱਤੇ ਤਾਂ ਫਿਰ ਸਾ ਉਮਰਾ ਲੈਦਾ ਅਤੇ ਗੁਮਰਾਹ ਲੈਦਾ ਕਰ ਉਮਰਾ ਲੈਦਾ ਕਰ ਅਤੇ ਗੁਮਰਾਹ ਲੈਦਾ ਕਰ ਹੈਨਾ ਇਸ ਤੋਂ ਤੁਸੀਂ ਇਸ ਬਾਰੇ 'ਚ ਕੀ ਕਹਿਣਾ ਚਾਹੋਗੇ ਮੈਂ ਜੀ ਭਾਈ ਨੂੰ ਸਭ ਤੋਂ ਵੱਡੀ ਗੱਲ ਤੇ ਵੀ ਬਹੁਤ ਬਹੁਤ ਮੁਬਾਰਕ ਹੋਵੇ ਦੂਸਰਾ ਮੈਂ ਇਹਦੇ ਬਾਰੇ 'ਚ ਇੱਕ ਸ਼ੇਅਰ ਕਹਾਂਗਾ ਕਿ ਉੱਥੇ ਜਾਣਾ ਖੇਡ ਮੁਕੱਦਰਾਂ ਦੀ ਕੋਈ ਧਨ ਦੌਲਤ ਦਾ ਮਾਣ ਨਹੀਂ ਕਈ ਦੌਲਤਾਂ ਵਾਲੇ ਰਹਿ ਜਾਂਦੇ ਮਸਕੀਨ ਨਜ਼ਾਰੇ ਲੈ ਆਉਂਦੇ ਤੇ ਇੱਕ ਵਾਰ ਫਰਿਸ਼ਤਾ ਜੋ ਆਵੇ ਮੁੜ ਵਾਰੀ ਉਸਦੀ ਨਹੀਂ ਆਉਂਦੀ ਸਰਕਾਰ ਦੇ ਉਮਤੀ ਹਨ ਜਿਹੜੇ ਮੁੜ ਮੁੜ ਕੇ ਬੁਲਾਏ ਜਾਂਦੇ ਨੇ ਇਹ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਅੱਲਾ ਪਾਕ ਸਾਰਿਆਂ ਨੂੰ ਇਹ ਸਾਦਤ ਨਸੀਬ ਕਰੇ ਤੂੰ ਤੇਰੀ ਖਾਹਿਸ਼ ਹੈ ਜੀ ਭੈਣ ਸ਼ੁਰੂ ਤੋਂ ਬਚਪਨ ਤੋਂ ਅਸੀਂ ਮੁਸਲਮਾਨ ਜਦੋਂ ਮੁਸਲਮਾਨ ਘਰ ਪੈਦਾ ਹੁੰਦੇ ਹਾਂ ਤੇ ਖਾਹਿਸ਼ ਪੈਦਾ ਹੋ ਜਾਂਦੀ ਹੈ ਤੂੰ ਗੁੱਸਾ ਨਾ ਕਰੀ ਗੱਲ ਆਪਣੀ ਕਰ ਰਿਹਾ ਕਿਉਂਕਿ ਅਸੀਂ ਸਾਰੇ ਨਦੀਮ ਕੈਫੇ ਫੈਸਲਾਬਾਦ ਮੇਂ ਨਈਮ ਕੈਫੇ ਨਈਮ ਜੋ ਹੈ ਨਾ
ਨਦੀਮ ਸਾਹਿਬ ਤੋਂ ਮਾਸ਼ਾ ਅੱਲਾਹ ਤੇਰਾ ਬੜੇ ਨਾ ਹੁਣ ਕੀ ਹਜ਼ਾਰ ਮੈਂ ਵੱਡਿਆਂ ਦਾ ਇੱਕ ਰੋਹ ਬਣਾ ਸਾਲ ਨਿਕਲ ਗਏ ਤੇ ਜਿਹੜੇ ਸਾਡੇ ਛੋਟੇ ਭਾਈ ਨੇ ਨਾ ਨਈਮ ਸਾਹਿਬ ਉਹਨਾਂ ਨਾਲ ਤੇਰਾ ਅਸੀਂ ਸ਼ੁਗਰ ਮੇਲਾ ਕਰ ਲਈਦਾ ਤੇ ਇੱਥੇ ਜਦੋਂ ਮੈਨੂੰ ਮੈਂ ਕਿਤੇ ਸੈਪਰੇਟ ਮਾਹੌਲ ਜਦੋਂ ਮੈਨੂੰ ਕੋਈ ਫੈਸਲਾਬਾਦ 'ਚ ਜਗ੍ਹਾ ਨਾ ਲੱਭੇ ਬਹਿਣ ਲਈ ਮੈਂ ਫਿਰ ਆਪਣੇ ਭਰਾ ਨੂੰ ਫੋਨ ਕਰਨਾ ਹੁੰਦਾ ਕਿ ਮੈਂ ਆ ਰਿਹਾ ਤੇ ਲੰਗਰ ਮਾਸ਼ਾ ਅੱਲਾਹ ਦੇਖੋ ਇੱਥੇ ਔਰ ਉਹਨੂੰ ਵੀ ਹਾਲੇ ਤੱਕ ਨਹੀਂ ਦੱਸਿਆ ਸੀ ਉਹ ਭਾਈ ਨੂੰ ਜਿਹਦੇ ਮੈਂ ਹੋਟਲ 'ਚ ਜਿੱਥੇ ਮੈਂ ਜਗ੍ਹਾ 'ਤੇ ਬੈਠਾ ਨਾ ਉਹ ਵੀ ਹੁਣ ਸੁਣ ਰਿਹਾ ਹੋਣਾ ਬੈਠਾ ਅਤੇ ਨਾਲ ਬੈਠਾ ਗਿਆ ਐਂ ਸਵੇਰੇ ਉਮਰ 'ਤੇ ਜਾ ਰਿਹਾ ਮੈਨੂੰ ਦੱਸਿਆ ਨਹੀਂ ਇਹਨੇ ਲੰਗਰ ਦਾ ਵੀ ਉਹਨੂੰ ਹੁਣ ਹੀ ਪਤਾ ਲੱਗਿਆ ਹੋਣਾ ਵੀ ਹੈ ਮੇਰੇ ਲੰਗਰ ਅਸੀਂ ਉਹਦੇ ਆਉਣ ਤੋਂ ਪਹਿਲਾਂ ਹੀ ਆਰਡਰ ਦੇ ਦਿੱਤਾ ਸੀ ਸਾਡਾ ਇੱਦਾਂ ਦਾ ਪਿਆਰ ਮੁਹੱਬਤ ਆ ਯਾਨੀ ਅਸੀਂ ਇੱਦਾਂ ਦੇ ਕੋਰੇ ਹਾਂ ਵੀ ਅਸੀਂ ਉਹ ਯਾਰ ਨੂੰ ਇੰਤਜ਼ਾਰ ਵੀ ਨਹੀਂ ਕਰੀਦਾ ਵਾਹ ਵਾਹ ਸਾਨੂੰ ਮਾਣ ਅਸੀਂ ਕਹਿ ਦਿੱਤਾ ਨਹੀਂ ਵੀ ਹੈਗਾ ਭਾਈ ਰੋਟੀ ਲਿਆਓ ਯਾਰ ਆਪਣੀ ਥਾਂ ਲੰਗਰ ਆਪਣੀ ਥਾਂ ਯਾਰ 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 ਜਿਹੜੇ ਨਾ ਮੈਂ ਯਾਰ ਜਿਹੜੇ ਹੁੰਦੇ ਨੇ ਨਾ ਸੁੱਚਾ ਅਸਲੀ ਨਸਲੀ ਤੁਹਾਨੂੰ ਇੱਕ ਯਾਰ ਲੱਭ ਜੇ ਲਾਲਾ ਜੀ ਜੈਨੂਇਨ ਗੱਲ ਕਰ ਰਹੇ ਹਾਂ ਇੱਕ ਇੱਕ ਲੱਭ ਤੁਹਾਡੀ ਲਾਈਫ 'ਚ ਤੁਸੀਂ ਸਮਝੋ ਕਿ ਮੇਰੇ ਪਹਾੜ ਖੜੇ ਨੇ ਸਾਈਡਾਂ 'ਤੇ ਇੱਕ ਯਾਰ ਲੱਭ ਜੇ ਨਸਲੀ ਸੱਚਾ ਦਿੱਤਾ ਮੈਂ ਪਿੱਛੇ ਜੇ ਇੱਕ ਸਟੇਟਸ ਦਿੱਤਾ ਸੀ ਫੇਸਬੁੱਕ 'ਤੇ ਕਿ ਅੱਛਾ ਤੁਸੀਂ ਵੈਸੇ ਵੀ ਕਹਿ ਦਿਓ ਜੀ ਬਿਲਕੁਲ ਨਾਲ ਮੈਂ ਸਟੇਟਸ ਦਿੱਤਾ ਸੀ ਕਿ ਅਸਲੀ ਅਤੇ ਨਸਲੀ ਯਾਰ ਉਹ ਹੁੰਦਾ ਜਿਹੜਾ ਆਪਣੇ ਯਾਰ ਨਾਲ ਲੜ ਵੀ ਪਵੇ ਨਾ ਤੇ ਜਾ ਕੇ ਦੁਸ਼ਮਣ ਦੀ ਸਾਫ 'ਚ ਖੜਾ ਨਹੀਂ ਹੁੰਦਾ ਵੈਰੀ ਗੁੱਡ ਯਾਨੀ ਅਗਰ ਮੇਰੀ ਕਿਸੇ ਨਾਲ ਲੱਗ ਰਹੀ ਹੈ ਨਾ ਮੇਰੀ ਕਿਸੇ ਨਾਲ ਸਾਨੂੰ ਪਤਾ ਅਸੀਂ ਇਕੱਠੇ ਯਾਰ ਹਾਂ ਸਾਡੀ ਇਹਦੇ ਨਾਲ ਲੱਗਦੀ ਹੈ ਇਹ ਅਗਰ ਮੇਰੇ ਨਾਲ ਲੜ ਪਿਆ ਨਾ ਤਾਂ ਜੇ ਨਸਲੀ ਹੋਏਗਾ ਨਾ ਖੁਦਾ ਨਾ ਖਾਸਤਾ ਕਿਤੇ ਤੇ ਫਿਰ ਇਹ ਮੇਰੇ ਨਾਲ ਲੜ ਕੇ ਲਹਿਦਾ ਜ਼ਰੂਰ ਫਿਰੇਗਾ ਬੋਲੇਗਾ ਨਹੀਂ ਲੇਕਿਨ ਇਹਦੇ ਨਾਲ ਖੜਾ ਨਹੀਂ ਹੋਏਗਾ ਜਾ ਕੇ ਇਹ ਬਗੈਰਤ ਰਹਿੰਦਾ ਹੀ ਇਹਦੇ ਨਾਲ ਮੇਰਾ ਯਾਰ ਹੀ ਉਹ ਲਓ ਆ ਜੇ ਅਸਲੀ ਨਸਲੀ ਯਾਰ ਔਰ ਨੂਰ ਵੀ ਤੁਸੀਂ ਫਿਰ ਚੈੱਕ ਕਰੋ ਸੁਭਾਨ ਅੱਲਾ ਚਲੋ ਤੁਸੀਂ ਸ਼ੁਕਰ ਕਰੋ ਅੱਲਾ ਨੇ ਉਮਰੇ ਤੇ ਬੁਲਾ ਲਿਆ ਸਬਜ਼ ਗੁੰਬਦ ਦੇਖਣ ਲੱਗੇ ਨਹੀਂ ਤੇ ਸਾਰੀ ਉਮਰ ਨੀਲਾ ਗੁੰਬਦ ਹੀ ਦੇਖਿਆ ਲੋ ਵੈਰੀ ਗੁੱਡ ਨਹੀਂ ਇਹ ਵੈਰੀ ਗੁੱਡ ਨਹੀਂ ਨਹੀਂ ਠੀਕ ਆ ਅੱਛਾ ਯਾਰ ਇਹ ਇਹ ਆਪਣਾ ਕੀ ਨਾਂ ਤੇਰਾ ਅਬਾਸ ਇਹ ਅੱਲਾ ਪਾਕ ਦੀ ਮਰਜ਼ੀ ਆ ਇਹਦੇ 'ਚ ਤੁਸੀਂ ਇੱਕ ਬੰਦੇ ਨੂੰ ਤੁਸੀਂ ਗੁਨਾਹਗਾਰ ਸਮਝੀ ਜਾ ਰਹੇ ਜੇ ਯਾਰ ਹੈ ਬੰਦਾ ਲਾਂਤੀ ਗੁਨਾਹਗਾਰ ਸ਼ਰਾਬੀ ਉਹਦੀ ਪਤਾ ਨਹੀਂ ਕਿਹੜੀ ਅਦਾਲ ਨੂੰ ਪਸੰਦ ਆ ਬਿਲਕੁਲ ਇਸ ਤਰ੍ਹਾਂ ਵੀ ਤੁਸੀਂ ਨੇਕ ਹੋ ਕੇ ਤੇ ਸਾਰੀ ਜ਼ਿੰਦਗੀ ਨਹੀਂ ਜਾ ਨਹੀਂ ਸਕੇ ਦਿਲ ਕਰੇ ਉਸ ਐਬੀ ਕਬਾਬੀ ਨੂੰ ਉੱਥੇ ਅੱਲਾ ਦੇ ਘਰ ਦਾ ਤਵਾਫ ਕਰ ਰਿਹਾ ਹੋਵੇ ਇਹ ਤੁਸੀਂ ਦਿਲਾਂ ਦੇ ਭੇਤ ਨਹੀਂ ਜਾਣਦੇ ਕਈਆਂ ਨੇ ਮੂੰਹ ਤੇ ਲਿਖਿਆ ਹੁੰਦਾ ਵੀ ਇਹਦੇ ਕੋਲ ਨਹੀਂ ਆਉਣਾ ਹੁੰਦੇ ਨਾ ਕਈ ਜੇ ਮਾਲਕ ਦੀ ਇਤਾਅ ਜੀ ਮੈਨੂੰ ਸਿਰਫ ਇੱਕ ਟੈਨਸ਼ਨ ਆ ਲਾਲਾ ਜੀ ਉਹ ਕਿਹੜੀ ਕਿ ਮੈਂ ਸ਼ੈਤਾਨ ਨੂੰ ਕਿੰਕਰਾਂ ਕਿਸ ਸਮੂਹ ਨਾਲ ਮਾਰਾਂਗਾ ਇਹ ਸਮੂਹ ਨਾ ਭਾਈ ਬੜੀ ਗਹਿਰੀ ਗੱਲ ਆ ਭਾਈ ਨੇ ਮੈਨੂੰ ਤੁਹਾਡੀ ਗੱਲ ਨਹੀਂ ਸਮਝੀ ਲਾਲਾ ਜੀ ਮੈਂ ਸੋਚ ਰਿਹਾ ਸਾਂ ਅੱਜ ਸਵੇਰ ਦਾ ਕਿ ਸ਼ੈਤਾਨ ਜੋ ਕਹਿ ਦੇਵੇ ਮੈਨੂੰ ਕਿ ਬੇਟਾ ਤੂੰ ਕਿਸ ਸਮੂਹ ਨਾਲ ਮੈਨੂੰ ਕਿੰਕਰਾਂ ਮਾਰ ਰਿਹਾ ਕਹਿ ਦਰਾ ਮੈਨੂੰ ਇੱਕ ਮਿਸਾਲ ਕਹਿ ਤੁਸੀਂ ਸ਼ੈਤਾਨ ਨਹੀਂ ਤੂੰ ਕਹਿ ਨਾ ਵੈਸੇ ਹੀ ਇੱਕ ਮਿਸਾਲ ਬੇਟਾ ਤੂੰ ਮੈਨੂੰ ਕਹਿ ਤੂੰ ਮੈਨੂੰ ਕਿਸ ਸਮੂਹ ਨਾਲ ਕਿੰਕਰਾਂ ਮਾਰ ਰਿਹਾ ਹਾਂ ਦੇਖੋ ਇਹਦਾ ਮੇਰੇ ਕੋਈ ਜਵਾਬ ਨਹੀਂ ਹੈ ਬੜੀਆਂ ਗੱਲਾਂ ਲੱਭਦੀਆਂ ਨੇ ਸ਼ੈਤਾਨ ਨੂੰ ਕਿਸ ਸਮੂਹ ਨਾਲ ਮੈਂ ਕਿੰਕਰਾਂ ਮਾਰਾਂਗਾ ਜਾਂ ਅਸੀਂ ਕੋਈ ਵੀ ਨਹੀਂ ਨਹੀਂ ਮੈਂ ਆਪਣੀ ਗੱਲ ਕਰ ਰਿਹਾ ਬਾਕੀ ਪਤਾ ਨਹੀਂ ਅੱਲਾ ਬਿਹਤਰ ਜਾਂਦਾ ਮੈਨੂੰ ਪਤਾ ਯਾਰ ਮੈਂ ਇੱਦਾਂ ਗੁਨਾਹਗਾਰ ਬੰਨਾ ਸਾਰੀ ਜ਼ਿੰਦਗੀ ਮੈਂ ਉਹਦੇ ਪਿੱਛੇ ਲੱਗਾਂ ਹਾਂ ਉਹਦੀ ਗੱਲ ਨਾ ਕਰ ਤੇ ਹੁਣ ਉੱਥੇ ਜਾ ਕੇ ਮੈਂ ਉਹਦੇ ਨਾਲ ਗਦਾਰ ਹੋ ਜਾਵਾਂ ਇਹ ਤਾਂ ਯਾਰੀ ਵੀ ਨਾ ਹੋਈ ਹੁਣੇ ਮੈਂ ਯਾਰੀ ਦੀ ਮਿਸਾਲ ਦਿੱਤੀ ਯਾਨੀ ਸਾਰੀ ਜ਼ਿੰਦਗੀ ਮੈਂ ਸ਼ੈਤਾਨ ਦੇ ਕਹੇ ਕਾਰ ਚੱਲਿਆ ਝੂਠ ਵੀ ਬੋਲੇ ਛੋਟੇ ਹੁੰਦੇ ਚੋਰੀਆਂ ਚੋਰੀਆਂ ਵੀ ਕਰਦਾ ਰਿਹਾ ਪਰਸ 'ਚੋਂ ਵੀ 10-5 ਜੀ ਨਿਜ਼ਾਮ ਸਾਰਾ ਕੁਛ ਠੀਕ ਹੈ ਨਾ ਉਸ ਤੋਂ ਬਾਅਦ ਗਾਲਾਂ ਗੁਲਾਂ ਵੀ ਬਹੁਤ ਕੱਢੀਆਂ ਗੰਦੀਆਂ ਗੱਲਾਂ ਵੀ ਬਹੁਤ ਕੀਤੀਆਂ ਜ਼ਿੰਦਗੀ 'ਚ ਆਪਣੇ ਟਾਈਮ 'ਚ ਯਾਨੀ ਸਾਰੇ ਕੰਮ ਕੀਤੇ ਤੇ ਕੰਮ ਸਵਾਇ ਨਸ਼ੇ ਤੋਂ ਨਸ਼ਾ ਨਹੀਂ ਮੈਂ ਕੀਤਾ ਕੋਈ ਐ ਮੈਂ ਜੈਨੂਇਨ ਰਿਜ਼ਕ ਅੱਗੇ ਪਿਆ ਹੈ ਹੈ ਨਸ਼ਾ ਕਰਨਾ ਬਣਦਾ ਚਲੋ ਦੱਸੋਗੇ ਚਲੋ ਇੱਕ ਮਿਸਾਲ ਆ ਵੀ ਹਰ ਕੰਮ ਕੀਤਾ ਨਮਾਜ਼ ਕੋਈ ਚੱਕਰ ਨਹੀਂ ਪੜ੍ਹ ਲਈ ਨਾ ਪੜ੍ਹੀ ਨਾ ਪੜ੍ਹੀ ਰੋਜ਼ੇ ਠੀਕ ਆ ਅੱਛਾ ਕੋਈ ਹਿਸਾਬ ਨਹੀਂ ਤੇ ਮੈਨੂੰ ਅੱਲਾ ਪਾਕ ਨੇ ਫਿਰ ਬੁਲਾ ਲਿਆ ਹੁਣ ਮੈਂ ਇਹਦਾ ਮਤਲਬ ਇਹ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ 35-26 ਸਾਲ ਮੈਂ ਉਹਦੇ ਮਗਰ ਲੱਗ ਕੇ ਕੱਢੇ ਨੇ ਹੁਣ ਦੋ ਕੰਮ ਨੇ
ਸਾਰਿਆਂ ਨੂੰ ਮੈਂ ਕਹਿ ਰਿਹਾ ਅਗਰ ਤੁਹਾਡੇ ਤੇ ਵੀ ਕਦੀ ਇਦਾਂ ਦਾ ਮੌਕਾ ਆਵੇ ਤੁਹਾਡੇ ਤਿੰਨਾਂ ਦੇ ਤੇ ਇਹ ਤੂੰ ਸਬਰ ਕਰ ਬਸ ਤੁਸੀਂ ਗੱਲ ਕਰੋ ਭਾਈ ਤੇ ਉਹ ਨਾ ਮਤਲਬ ਹੁਣ ਜਦੋਂ ਮੈਂ ਜਾਵਾਂ ਅੱਜ ਮੈਨੂੰ ਪਤਾ ਲੱਗਾ ਮੈਂ ਐਜ਼ ਏ ਮੁਸਲਿਮ ਜਿੱਦਾਂ ਮਰਜ਼ੀ ਮੈਂ ਗੁਨਾਹਗਾਰ ਸਾਂ ਮੇਰੇ ਅੰਦਰ ਤੇ ਇਸਲਾਮ ਦੀਨ ਹੈ ਨਾ ਉਹਨੇ ਜੋਸ਼ ਮਾਰਤਾ ਕਿ ਮੈਨੂੰ ਬੁਲਾਵਾ ਆ ਗਿਆ ਅੱਲਾ ਨੇ ਬੁਲਾ ਲਿਆ ਹੁਣ ਮੈਂ ਰਾਤੋ ਰਾਤ ਜਾ ਕੇ ਸਵੇਰ ਨੂੰ ਜਿਹਦੇ ਨਾਲ ਮੈਂ ਇੰਨੇ ਸਾਲ ਯਾਰੀ ਪਾਈ ਰੱਖੀ ਉਹਦੀ ਹਰ ਗਲਤ ਮੰਨੀ ਉਹਦੇ ਖਿਲਾਫ਼ ਹੋ ਗਿਆ ਉਹਨੂੰ ਕੈਂਕਰਾ ਮਾਰਾਂ ਹੁਣ ਸਵੇਰੇ ਮੈਂ ਜਾ ਕੇ ਉਹ ਕੀ ਸੋਚਦਾ ਹੋਏਗਾ ਯਾਦ ਇਹ ਨਾ ਮੈਂ ਕੈਂਕਰਾ ਮਾਰਾਂ ਜਾ ਕੇ ਉਦੋਂ ਜਦੋਂ ਮੈਂ ਇੱਥੇ ਵੀ ਉਹਨੂੰ ਘਾਹ ਨਾ ਪਾਉਂਦਾ ਵਾਂ ਉਹ ਮੈਨੂੰ ਕਹੇ ਐ ਚੋਰੀ ਕਰ ਲਾ ਮੈਂ ਕਹਾਂ ਚੱਲ ਗੁਨਾਹ ਹੁੰਦਾ ਮੈਂ ਅੱਲਾ ਕੋ ਡਰਦਾ ਉਹ ਮੇਰੇ ਇੱਧਰੋਂ ਦੀ ਆ ਕੇ ਕਵੇ ਓਏ ਐ ਪਿੱਛੇ ਕੁੜੀ ਜਾ ਰਹੀ ਤੇਰਾ ਬਾਬਾ ਚੈ ਕਰ ਮੈਂ ਕਹਾਂ ਨਹੀਂ ਨਾ ਨਹੀਂ ਮਤਲਬ ਕੋਈ ਥੋੜ੍ਹਾ ਟੀਡੀ ਪਾਵਾ ਕਰ ਛੇੜ ਉਹਨੂੰ ਆਵਾਜ਼ ਦੇ ਕੋਈ ਸੀਟੀ ਮਾਰ ਤੇ ਮੈਂ ਉਹਨੂੰ ਕਹਾਂ ਅਸਤਗਫਿਰੁੱਲਾ ਮੇਰੇ ਆਪਣੇ ਘਰ ਤੀਆਂ ਭੈਣਾਂ ਨੇ ਦਫਾ ਲਾਹੌਲ ਵਾਲਾ ਕੋਤਾ ਲਾਹੌਲ ਕਹਿੰਦਾ ਜਦੋਂ ਕਹਿੰਦਾ ਲਾਹੌਲ ਵਾਲਾ ਹਾਊਸ ਵੀ ਲਿਆ ਮੈਨੂੰ ਸ਼ੈਤਾਨ ਨੇ ਰਾਜੇ ਉਹਦੇ ਸਿਰ 'ਚ ਮਹਿਸੂਸ ਹੋਈ ਹਾਲਾਂਕਿ ਵੱਜਦੀ ਆ ਇਹ ਝੂਠ ਬੋਲ ਰਿਹਾ ਯਾਹਾਂ ਤਾਂ ਫਿਰ ਕੈਂਕਰਾਂ ਦਾ ਇੱਦਾਂ ਮਾਰਾਂ ਕਿ ਉਹਨੂੰ ਕਹਾਂ ਲੈ ਵੀ ਆ ਤੈਨੂੰ ਕੈਂਕਰਾਂ ਮਾਰਤੀਆਂ ਨੇ ਹੁਣ ਮਰਦੇ ਦਮ ਤੱਕ ਤੇਰੀ ਮੇਰੀ ਖਤਮ ਖਤਮ ਆ ਠੀਕ ਹੈ ਮਰਨ ਜੀ ਯਾਹਾਂ ਦੇ ਤਦ ਮਾਰਾਂ ਤੇ ਜੇ ਮੈਂ ਤੇ ਜੇ ਆ ਕੇ ਵੀ ਉਹਨੇ ਤੇ ਆਉਂਦੇ ਮੈਨੂੰ ਟੱਕਰ ਪੈਣਾ ਉਹਨੇ ਕਹਿਣਾ ਹਾਂ ਸ਼ੇਖ ਸਾਹਿਬ ਗੱਦਾਰੀ ਹੁਣ ਸਮਝ ਰਹੇ ਨਾ ਤੇ ਫਿਰ ਤਾਂ ਕੋਈ ਫਾਇਦਾ ਨਹੀਂ ਫਿਰ ਤੇ ਇਹ ਅੱਲਾ ਮਾਫ਼ੀ ਦੇਵੋ ਉਹਨੇ ਕਹਿਣਾ ਲੈ ਸਾਰੀ ਜ਼ਿੰਦਗੀ ਮੇਰੇ ਵੱਲ ਸੀ ਉੱਥੇ ਜਾ ਕੇ ਆਪਣੇ ਰੱਬ ਨਾਲ ਰਲ ਗਿਆ ਤਾਂ ਮੈਨੂੰ ਕੈਂਕਰਾ ਮਾਰ ਰਹੇ ਹੁਣ ਸਮਝ ਆ ਲਾਲੇ ਗੱਲ ਸਮਝਣ ਦੀ ਕੋਸ਼ਿਸ਼ ਕਰੀ ਥੋੜੀ ਸਮਝਦੇ ਨਾ ਲਿਆਦਾ ਮੈਂ ਆਪਣੀ ਆਪਣੀ ਸੋਚ ਹੁੰਦੀ ਮੈਂ ਨਹੀਂ ਕਹਿੰਦਾ ਸਾਰੇ ਇੱਦਾਂ ਸੋਚੋ ਮੈਂ ਜੋ ਸੋਚ ਰਿਹਾ ਮੈਂ ਉਹ ਆਪਣੀ ਆਡੀਅੰਸ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗਾ ਮੈਨੂੰ ਇੰਝ ਲੱਗ ਰਿਹਾ ਕਿ ਮੈਂ ਉੱਥੇ ਜਾ ਕੇ ਉਹਨੂੰ ਕਿਸ ਮੂੰਹ ਨਾਲ ਕੈਂਕਰਾ ਮਾਰਾਂਗਾ ਨਾਲੇ ਪਤਾ ਕੀ ਗੱਲ ਆ ਕਿਸੇ ਨਾਲ ਵਿਗਾੜਨੀ ਨਹੀਂ ਚਾਹੀਦੀ ਲਾਲੇ ਬਹੁਤਾ ਬੂਤਾ ਨੀ ਹੈਗਾ ਅੱਗੇ ਬੂਤੀ ਵੇ ਕਿੱਦਾਂ ਦੀ ਹੋ ਗਈ ਆ ਖਾਏਗਾ ਨੀ ਤੇ ਕਿੱਦਾਂ ਵੱਡਾ ਹੋਏਗਾ ਅੱਛਾ ਐ ਲੱਗਦਾ ਇਹਨੇ ਪਲੇਟ ਫੜੀ ਚ ਦੁਕਾਨ ਲੰਘ ਗਿਆ ਦੋਵਾਂ ਨੇ ਤੇ ਮਾਨੁੱਲਾ ਸਾਹਿਬ ਫੁੱਲ ਤਿਆਰ ਹੋ ਕੇ ਨਾ ਨਵਾਂ ਸੂਟ ਪਾ ਕੇ ਖੁਸ਼ਬੂ ਲਾ ਕੇ ਵਾਲ ਵਾ ਕੇ ਤਿਆਰ ਹੋ ਕੇ ਤੇ ਉਹਦੇ ਘਰ ਆਏ ਤੇ ਉਹ ਬਾਹਰ ਆਇਆ ਉਪਰੋਂ ਤੇ ਉਹਨੇ ਦੇਖਿਆ ਤੇ ਕਹਿੰਦਾ ਹੁਣ ਨਹੀਂ ਜਾਣਾ ਫਿਰ ਤੂੰ ਨਹੀਂ ਦੇਣ ਬਣ ਰਿਹਾ ਬਾਬਾ ਜੀ ਨੇ ਬਾਬਾ ਜੀ ਦਰਵੇਸ਼ ਦਰਵੇਸ਼ ਨੇ ਕਿ ਉਹਨਾਂ ਦਾ ਨਾਮ ਦਰਵੇਸ਼ ਨਹੀਂ ਉਹਨਾਂ ਦਾ ਨਾਮ ਦਰਵੇਸ਼ ਉਹ ਵੀ ਗੱਲ ਸੁਣੀ ਭਾਵੇਂ ਨਾ ਉਹ ਖਾਨ ਸਾਹਿਬ ਦੇ ਘਰ ਫਕੀਰ ਆ ਗਿਆ ਤੇ ਖਾਨ ਸਾਹਿਬ ਵਿਹੜੇ 'ਚ ਬੈਠਾ ਨਾ ਲਾਲਾ ਜੀ ਬੋਟੀ ਖਾ ਰਿਹਾ ਪੱਟ ਦੀ ਤੇ ਫਕੀਰ ਕਹਿੰਦਾ ਅੱਲਾ ਦੇ ਨਾਂ ਦੇ ਕੁਛ ਦੇ ਦਿਓ ਤੇ ਖਾਨ ਸਾਹਿਬ ਦੀ ਬੁੱਢੀ ਬੂਹੇ ਜਾ ਕੇ ਕਹਿੰਦੀ ਤੈਨੂੰ ਕਿਹਾ ਕੁਛ ਨਹੀਂ ਹੈ ਉਹ ਫਿਰ ਨਾ ਨਿਕਲ ਕੇ ਅੱਗੇ ਤੇ ਫਿਰ ਮੁੜ ਕੇ ਆਇਆ ਉਹਨੇ ਕਿਹਾ ਹੈ ਜ਼ਰੂਰ ਆ ਦੇ ਨਹੀਂ ਰਹੇ ਉਹਨੇ ਫਿਰ ਸਦਾ ਲਾਈ ਉਹਨੇ ਕਿਹਾ ਅੱਲਾ ਦੇ ਨਾਂ ਦੇ ਕੁਛ ਦੇ ਦਿਓ ਤੇ ਖਾਨ ਸਾਹਿਬ ਫਿਰ ਵਿਹੜੇ 'ਚੋਂ ਪੱਟ ਚੀਰ ਰਹੇ ਨੇ ਉਹ ਕਹਿੰਦੀ ਤੈਨੂੰ ਕਿਹਾ ਦਫਾ ਹੋਈ ਆ ਕੁਛ ਨਹੀਂ ਹੈ ਤੇ ਉਹ ਹੁਣ ਫਕੀਰ ਨਾ ਭਾਈ ਵੱਲ ਵੇਖ ਕੇ ਕਹਿੰਦਾ ਉਹ ਭਾਈ ਮੂੰਹ ਨਾਲ ਜੁੱਤੀ ਸੀ ਲਿਆ ਇਹ ਵੀ ਸਾਇੰਸਦਾਨ ਸਾਰੇ ਚੰਦ ਤੇ ਚੱਲੇ ਤੇ ਉਹਨਾਂ ਨੂੰ ਕਹਿੰਦਾ ਲਾਹੌਰ ਵੱਲੋਂ ਜਾਣ ਤੋਂ ਸਲਾਮ ਕਰਕੇ ਜਾ ਸਾਇੰਸਦਾਨ ਉੱਥੇ ਧਮਾਲਾ ਪਾਉਂਦੇ ਸਾਇੰਸਦਾਨ ਲੰਗਰ ਵਾਲੀ ਲਾਈਨ 'ਚ ਲੱਗੇ ਜੇ ਸੰਗ ਭਰ ਭਰ ਕੇ ਚੰਦ ਤੇ ਖਰਦੇ ਆ ਤੇ ਸਾਇੰਸਦਾਨਾਂ ਦੇ ਵੱਡੇ ਚਾਪਰ ਚੌਲਾਂ ਦੇ ਭਰੇ ਨੇ ਨਾਲ ਤੇ ਰਾਕਟ 'ਚ ਬੈਠੇ ਤੇ ਉਹਦੇ ਭਾਰ ਨਾਲ ਹੀ ਉਤਰਨੇ ਆ ਪਿਆ ਤੇ ਸਾਇੰਸਦਾਨਾਂ ਨੂੰ ਉੱਤੇ ਭੁੱਖ ਲੱਗ ਗਈ ਤੇ ਉੱਤੇ ਹੈਲੀਕਾਪਟਰ 'ਚੋਂ ਰੱਸਾ ਸੁੱਟ ਕੇ ਲੰਗਰ ਬੰਨਣ ਦਾ
ਬੋਰੀਆਂ ਸਾਇੰਸਦਾਨਾਂ ਨਾਲ ਚੰਦ ਤੇ ਚਲੇ ਗਿਆ ਤੇ ਵਾਪਸੀ ਤੇ ਮਖਾਣੇ ਲਿਆਉਂਦੇ ਆ ਕਿ ਮੈਂ ਦੱਸਾਂ ਲੱਗਰ ਲਿਆਇਆ ਚੰਦ ਯਾਰ ਓਏ ਹੋਏ ਹੋਏ ਮੈਂ ਕਿਹਾ ਤੂੰ ਸਾਇੰਸਦਾਨ ਤੇਰੇ ਕੋਈ ਇਜ਼ਾਰ ਨਹੀਂ ਕਹਿੰਦਾ ਮੈਨੂੰ ਕਿਹੜਾ ਕੋਈ ਤਜਰਬਾ ਕਰਨਾ ਹੁੰਦਾ ਹੈ ਸਲਾਮ ਕਰਕੇ ਨਾ ਰਸਤੇ ਚ ਸ਼ਟਲ ਰੋਕਣਾ ਉੱਥੇ ਤੇ ਉੱਥੇ ਸ਼ਟਲ ਰੁਕਾ ਕੇ ਤੇ ਸਾਰੇ ਸਾਇੰਸਦਾਨਾਂ ਨੂੰ ਕਹਿ ਰਿਹਾ ਕਿ ਤੁਸੀਂ ਸਾਇੰਸਦਾਨ ਦੱਸੋ ਮੈਂ ਤਿੰਨ ਚਾਰ ਦੇਖਾਂ ਕਿੱਦਾਂ ਉੱਥੇ ਲਿਜਾ ਸਕਦਾ ਤੁਸੀਂ ਨੀ ਕੁਛ ਕਿਹਾ ਮੇਰੇ ਜਾਨ ਦੇ ਬਾਰੇ ਚ ਮੈਂ ਕਹਿਣ ਲੱਗਾ ਸੀ ਹੈ ਲਾਲਾ ਜੀ ਉਹਨਾਂ ਨੇ ਕਿਹਾ ਮੈਂ ਕਹਿਣ ਲੱਗਾ ਸੀ ਤੁਸੀਂ ਖਾਣਾ ਸ਼ੁਰੂ ਕਰਾਤਾ ਅੱਛਾ ਕਹੋ ਕੀ ਕਹਿਣਾ ਤੁਸੀਂ ਮਾਲਕ ਦੀ ਅਤਾਵ ਹੈ ਜ਼ਰੂਰੀ ਨਹੀਂ ਜੋ ਤੁਸੀਂ ਕਹਿ ਰਹੇ ਸੀ ਕਿ ਮੈਂ ਸਾਰੀ ਜ਼ਿੰਦਗੀ ਬੰਦਾ ਉਹਦੇ ਨਾਲ ਲੱਗਾ ਰਹਿੰਦਾ ਟੈਨਸ਼ਨ ਦਾ ਦੌਰ ਆ ਕਿਸੇ ਨੂੰ ਘਰ ਦੀ ਕਿਸੇ ਨੂੰ ਕੰਮ ਦੀ ਕਿਸੇ ਨੂੰ ਬੱਚਿਆਂ ਦੀ ਬੀਵੀ ਦੀ ਮਾਂ ਬਾਪ ਦੀ ਬਿਮਾਰੀਆਂ ਤੁਹਾਡਾ ਸ਼ੋਅ ਦੇਖਦੇ ਆ ਖੁਸ਼ ਹੁੰਦੇ ਆ ਵਕਤੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਉਹ ਆਪਣੀ ਟੈਨਸ਼ਨ ਭੁੱਲ ਜਾਂਦੇ ਇਸ ਕੰਮ 'ਚ ਅੱਲਾਹ ਤਾਲਾ ਦੀ ਜ਼ਾਤ ਪਤਾ ਨਹੀਂ ਕਿੰਨੀ ਰਾਜ਼ੀ ਹੈ ਪਰ ਮਾਲਕ ਦੀ ਜ਼ਾਤ ਨੇ ਉਹ ਅਤਾ ਕੀਤੀ ਹੈ ਤੁਹਾਨੂੰ ਕਿ ਤੁਹਾਨੂੰ 4 ਘੰਟੇ ਪਹਿਲੇ ਪਤਾ ਚੱਲਿਆ ਕਿ ਤੁਸੀਂ ਸਵੇਰ ਤੁਹਾਡੀ ਫਲਾਈਟ ਆ ਔਰ ਤੁਸੀਂ ਆਪਣਾ ਸਮਾਨ ਲੈ ਕੇ ਤੇ 에ਅਰਪੋਰਟ ਪਹੁੰਚੋ ਔਰ ਲਾਲਾ ਜੀ ਸਭ ਤੋਂ ਵੱਡੀ ਗੱਲ ਹੈ ਕਿ ਪੰਜ ਸਜਾਦ ਦੇ ਸ਼ੋਅ ਦਾ ਫਾਰਮੈਟ ਵੀ ਇਹ ਹੈ ਕਿ ਅੱਜ ਤੱਕ ਕਿਸੇ ਦੀ ਮਤਲਬ ਕਿ ਇੱਜ਼ਤ ਤੇ ਨਫਸ ਤੇ ਹਮਲਾ ਦਿਲਦਾਰੀ ਨਹੀਂ ਕਰਨੀ ਔਰ ਦੂਸਰੀ ਗੱਲ ਕਿ ਬੇਹੂਦਗੀ ਇਸ ਸ਼ੋਅ ਦੇ ਵਿੱਚ ਅੱਜ ਤੱਕ ਕਿਸੇ ਵੀ ਫਾਰਮੈਟ ਦੇ ਭਾਣ ਨੇ ਨਹੀਂ ਕੀਤੀ ਔਰ ਨਾ ਸਾਨੂੰ ਕਦੀ ਕਰਨ ਦਾ ਇਜਾਜ਼ਤ ਦਿੱਤੀ ਹੈ ਔਰ ਇਸ ਲਈ ਲੋਕ ਜਿਹੜੇ ਨੇ ਨਾ ਤੁਹਾਡੇ ਤੋਂ ਇੰਨੇ ਮੁਤਾਸਰ ਇੰਨੇ ਖੁਸ਼ ਨੇ ਕਿ ਮਤਲਬ ਇੱਕ ਡਾਕਟਰ ਦਾ ਕਮੈਂਟ ਪੜਿਆ ਜੀ ਮੈਂ ਲਾਲਾ ਜੀ ਕਹਿੰਦੇ ਨੇ ਕਿ ਆਪਣੇ ਅਸੀਂ ਮਰੀਜ਼ਾਂ ਨੂੰ ਅਕਸਰ ਕਹਿੰਦੇ ਹਾਂ ਜਦੋਂ ਜ਼ਿਆਦਾ ਕਿਤੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਨਾ ਅਤੇ ਉਹਨਾਂ ਨੂੰ ਕਹਿੰਦੇ ਵਾ ਕਿ ਤੁਸੀਂ ਸਜਾਦ ਜਾਨੀ ਦਾ ਸ਼ੋਅ ਵੇਖਿਆ ਇਸ ਤੋਂ ਮੁਰਾਦ ਇਹ ਵਾ ਕਿ ਇੱਕ ਐਸਾ ਅਮਲ ਆ ਜਿਹਦੇ ਨਾਲ ਲੋਕਾਂ ਦੇ ਤੁਸੀਂ ਮਤਲਬ ਕਿ ਉਹ ਹਾਸੇ ਹਾਂਜੀ ਹਾਸੇ ਖੇਡੇ ਲੈ ਆਉਂਦੇ ਹੋ ਲੋਕਾਂ ਦੇ ਚਿਹਰਿਆਂ 'ਤੇ ਇਹ ਕੋਈ ਛੋਟੀ ਜਿਹੀ ਗੱਲ ਹੈ ਅੱਜ ਕੱਲ੍ਹ ਇਸ ਕਰਬ ਦੇ ਆਲਮ ਦੇ ਵਿੱਚ ਇਸ ਸਖਤੀ ਔਰ ਤੰਗੀ ਦੇ ਆਲਮ ਜੋ ਵੇਚਣਾ ਉਹ ਦੱਸ ਕਿੰਨੀ ਤਕਰੀਰ ਕਰੀ ਜਾਂਦੇ ਦੱਸ ਕਿਹੜੀ ਆਈਟਮ ਕਿਹੜੀ ਸਾਰੀ ਇਹਨੇ ਗੱਲ ਕਰਕੇ ਇਹਨੇ ਤਾਂ ਕਹਿਣਾ ਸੀ ਦੇਖੋ ਹਰ ਬੰਦੇ ਦਾ ਹੱਕ ਆ ਇਸ ਮੁਆਸ਼ਰੇ 'ਚ ਬੱਚੇ ਪਾਲਣੇ ਨੇ ਤੁਸੀਂ ਪਾਲ ਰਹੇ ਮੈਂ ਵੀ ਪਾਲ ਰਿਹਾ ਦੋ ਨੇ ਤੁਸੀਂ ਆਰਾਮ ਨਾਲ ਵੋਟ ਕਰ ਲੈਣੀ ਕਿੰਨੀਆਂ ਭੈਣ ਡਾਕੂ ਕੋ ਭਾਣ ਲਈ ਫਰੀਦ ਭਾਈ ਨੇ ਭਾਈ ਚਾਨਾ ਪਾਈਆਂ ਟੋਪੀ ਪਾਈ ਹੈਂਡ ਫਰੀ ਲਾਈ ਗਲੀ ਚ ਰੈਪ ਕਰਦਾ ਵੀਰੇ ਇੱਕ ਮਾਈ ਨੇ ਭਾਈ ਚੰਡ ਮਾਰੀ ਉਹ ਕਹਿੰਦੀ ਕਾਹਦੇ ਦੋੜੇ ਪੈਣ ਦੇ ਤੈਨੂੰ ਮਾਈ ਦੀ ਚੁੱਕੀ ਭਾਈ ਸਖਾਵਤ ਆਇਆ ਨਾ ਚਿੱਟਾ ਪੈਂਟ ਕੋਟ ਪਾਇਆ ਭਾਈ ਸਖਾਵਤ ਨਾਲ ਮਾਈ ਦੀ ਚੁੱਕੀ ਤੇ ਇੱਕ ਮਾਈ ਕਿਸੇ ਨੂੰ ਕਹਿੰਦੀ ਪੁੱਤ ਹੈ ਕੌਣ ਹੈ ਕਹਿੰਦਾ ਮਾਂ ਜੀ ਆਪਣਾ ਸਖਾਵਤ ਨਾਲ ਕਹਿੰਦੀ ਇਹਨੇ ਕਰਾਟੇ ਸਿੱਖ ਲਏ ਚਿੱਟਾ ਪੈਂਟ ਕੋਟ ਇਹਨਾਂ ਘਰ ਵਿੱਚ ਚੋਰ ਆ ਗਏ ਤੇ ਉਹ ਇਹਨਾਂ ਦੇ ਰਿਸ਼ਤੇਦਾਰ ਹੀ ਨਿਕਲ ਆਏ ਇਹਨੂੰ ਇੱਕ ਸੱਪ ਲੜਿਆ ਉਹਦੇ ਮੂੰਹ ਦਾ ਜ਼ਾਇਕਾ ਇੰਨਾ ਖਰਾਬ ਹੋ ਗਿਆ ਉਹ ਪਰਾਂ ਬਹਿ ਕੇ ਆਪਣੇ ਡੰਗ ਤੇ ਚਿੱਤਰ ਮਾਰਨ ਲੱਗਾ ਇਹਨੂੰ ਇੱਕ ਸੱਪ ਲੜਿਆ
ਤੇ ਚਿੱਟਾ ਹੋ ਗਿਆ ਮਰਿਆ ਨਹੀਂ ਉਹਦਾ ਰਿਐਕਟ ਕਰ ਗਿਆ ਉਹਦਾ ਜ਼ਹਿਰ ਰਿਐਕਟ ਕਰ ਗਿਆ ਇਹਦਾ ਇੱਕ ਭਰਾ ਬੜਾ ਕਾਲਾ ਸੀ ਇਹਨੇ ਉਹਨੂੰ ਫੇਅਰ ਐਂਡ ਲਵਲੀ ਲਾਈ ਉਹ ਅੰਨਾ ਹੋ ਗਿਆ ਆ ਭਾਈ ਜੱਜ ਹੁੰਦਾ ਸੀ ਤੇ ਨਾਲ ਤਵੀਰ ਧਾਗਾ ਵੀ ਕਰਦਾ ਦੋ ਰੁਪਏ ਜੱਜ ਹੁੰਦਾ ਸੀ ਵਕੀਲ ਇਹਦੇ ਟੇਬਲ ਤੇ ਇੰਜ ਹੱਥ ਰੱਖ ਕੇ ਉਹਨੇ ਕੋਈ ਦਲੀਲ ਦਿੱਤੀ ਤੇ ਉਹਦਾ ਹੱਥ ਫੜ ਕੇ ਨਾ ਨੌਂ ਕਿੱਡੇ ਕਿੱਡੇ ਹੋ ਤੇਰੇ ਲਿਆ ਕੇ ਅੱਛਾ ਇਹਨੂੰ ਸੱਪ ਲੜ ਗਿਆ ਤੇ ਕੀ ਹੋਇਆ ਇਹਨੂੰ ਸੱਪ ਲੜ ਗਿਆ ਤੇ ਮਰਿਆ ਨੀ ਸੋਹਣਾ ਹੋ ਗਿਆ ਇਹਨੂੰ ਸੱਪ ਲੜ ਗਿਆ ਤੇ ਸੱਪ ਥੱਥਾ ਹੋ ਗਿਆ ਇੰਨਾ ਜ਼ਹਿਰੀਲਾ ਡੰਗ ਇਹ ਭਾਈ ਸੱਪਾਂ ਨਾਲ ਇੰਨੇ ਖੇਲਦੇ ਸੀ ਸੱਪਾਂ ਦੀ ਪੀਂਗ ਬਣਾਈ ਬੰਨ੍ਹ ਕੇ ਥੱਲੇ ਪੱਟੀ ਲਾਈ ਸੱਪ ਭਾਈ ਵੱਡਾ ਸੱਪ ਫੜ ਕੇ ਮਾਰ ਕੇ ਉਹਦੇ ਨਾਲ ਸੇਫ ਅਲਮਾਰੀ ਚੱਕਣ ਦੇ ਸੱਪ ਬੰਨਿਆ ਇੱਕ ਕੰਧ ਇੱਧਰ ਨਾ ਇੱਧਰੋਂ ਉਹਦੇ ਕੱਪੜੇ ਸੁੱਕਣੇ ਪਾਏ ਯਾਨੀ ਸਾਰਾ ਰੱਸੀ ਵਾਲਾ ਕੰਮ ਸੱਪ ਕੋਲ ਲੈ ਜੀ ਜੋਗੀ ਨੂੰ 10,000 ਰੁਪਇਆ ਦਿੱਤਾ ਤੇ ਉਹਨੂੰ ਕਹਿੰਦਾ ਯਾਰ ਮੈਨੂੰ ਕੋਈ ਡੰਗ ਵਾਲਾ ਸੱਪ ਦੇ ਤੇ ਉਹ ਇਹਨੂੰ ਇੱਕ ਦਿਹਾੜੀ ਡੰਗ ਵਾਲਾ ਦੇ ਗਿਆ ਅਗਲੇ ਦਿਨ ਮਰ ਗਿਆ ਉਹ ਦਿਹਾੜੀ ਡੰਗ ਵਾਲਾ ਹੀ ਦੇ ਅਗਲੇ ਦਿਨ ਮਰ ਗਿਆ ਨਾ ਧੋ ਕੇ ਬਾਹਰ ਨਿਕਲਿਆ ਮੈਂ ਕਿਹਾ ਸਿਰ ਨੂੰ ਤੇਲ ਨੀ ਲੈਣਾ ਕਹਿੰਦਾ ਟ੍ਰਾਂਸਫਾਰਮ ਤੇ ਲਾ ਲੈਂਦੇ ਐ ਵੀ ਭਾਈ ਇੱਕ ਦੋਸਤ ਫੋਤ ਹੋ ਗਿਆ ਉਹਦੀ ਕਬਰ ਕੱਢਣ ਦਿਆ ਘਰ ਵਾਲਿਆਂ ਦਾ ਫੋਨ ਆ ਗਿਆ ਉਹ ਕਹਿੰਦੇ ਕਿੰਨੀ ਕੁ ਰਹਿ ਗਈ ਕਬਰ ਕਹਿੰਦਾ ਥੋੜੀ ਰਹਿ ਗਈ ਮੇਰੇ ਲਈ ਇੱਕ ਬਰਗਰ ਭੇਜੋ ਇਹਨਾਂ ਦਾ ਮੀਟਰ ਕੱਟਣ ਆ ਗਿਆ ਤੇ ਉਹਦੇ ਤਰਲੇ ਹੀ ਕਰੀ ਜਾਵੇ ਕਹਿੰਦਾ ਇੱਕ ਆਖਰੀ ਝਟਕਾ ਆਪੂ ਨੂੰ ਲਵਾ ਲੈਂਦੇ ਇਹਨਾਂ ਦਾ ਵੀ ਮੀਟਰ ਕੱਟਣ ਆਏ ਤੇ ਉਹਨਾਂ ਨੂੰ ਕਹਿ ਦਿਆ ਰੋਲਾ ਪਾਇਆ ਉਹਨਾਂ ਨੇ ਕਹਿੰਦਾ ਐਂਟ ਆਇਆ ਸੀ ਫਿਲਮ ਦਾ ਤੁਸੀਂ ਮੀਟਰ ਕੱਟੋ ਐਂਟ ਇਹਨਾਂ ਦੇ ਘਰ ਸੂਈ ਗਿਆ ਸਾਲੇ ਉਹ ਗੋਡਾ ਲਾ ਕੇ ਗਏ ਇਹਨਾਂ ਨੇ ਉੱਤੇ ਲਾਲ ਪੰਪ ਲਵਾ ਲਏ ਇਹਨਾਂ ਦਾ ਗੈਸ ਵਾਲਾ ਮੀਟਰ ਕੱਟ ਗਏ ਤੇ ਉਹਨਾਂ ਨੇ ਰੋਲਾ ਪਾਇਆ ਕਹਿੰਦਾ ਗੋਡਾ ਵੀ ਲਾਈਓ ਤੁਹਾਨੂੰ ਨੀ ਚਾਹੀਦਾ ਇਹਨਾਂ ਦੇ ਮੀਟਰ ਲਾਉਣ ਆਏ ਉਹਨਾਂ ਨੇ ਟੋਇਆ ਮਾਰਿਆ ਤੇ ਕਹਿੰਦਾ ਲੱਗਦਾ ਸੁਰੰਗ ਕੱਢ ਕੇ ਸਾਡੇ ਘਰ ਬਣਨ ਲੱਗੇ ਇਹਨਾਂ ਦਾ ਮੀਟਰ ਕੱਟ ਕੇ ਉਹ ਚੱਲੇ ਤੇ ਉਹਨਾਂ ਨੂੰ ਇੰਨਾ ਦੁੱਖ ਹੋਇਆ ਉਹ ਜਿਹੜੀ ਰਸਮ ਨੀ ਵਿਆਹ ਤੇ ਕਰਦੇ ਚੋਲ ਪਿੱਛੇ ਸੁੱਟ ਗਏ ਪਾਈ ਹੈ ਇੰਨਾ ਦੁੱਖ ਇਹਨੂੰ ਇੰਡੀਆ ਚੋਂ ਬੜੇ ਛਿੱਤਰ ਪਏ ਉਹ ਲਾਸ਼ ਸਾੜਨ ਦੇ ਚਿਤਾ ਜਲਾਉਣ ਦੇ ਤੇ ਕਹਿੰਦਾ ਵਿੱਚ ਮੈਂ ਆਪਣੀ ਸ਼ਕਰ ਗੰਦੀ ਭੁੰਨ ਲਾ ਓਏ ਹੋਏ ਪਾਤਸ਼ਾਹ ਵਾਲਾ ਇਹਨੇ ਲਿਬਾਸ ਪਾਇਆ ਭਾਈ ਅੱਛਾ ਕੁੱਲਾ ਪਾਇਆ ਤੇ ਇੱਕ ਜਗ੍ਹਾ ਤੇ ਚੌਲ ਵੰਡੀ ਦੇ ਸੀ ਉਹ ਹੀ ਕੁੱਲੇ ਚ ਪਵਾਉਣ ਲੱਗ ਪਿਆ ਹੱਦੇ ਅਦਬ ਪਾਤਸ਼ਾਹ ਵਾਲਾ ਇਹਨੇ ਲਿਬਾਸ ਪਾਇਆ ਤੇ ਘੰਟਾ ਘਰ ਮਜ਼ਦੂਰਾਂ ਨਾਲ ਬੈਠਾ ਜਿਹੜਾ ਮੋਟਰਸਾਈਕਲ ਚਲਾਉਂਦਾ ਉਹਨੂੰ ਕਹਿੰਦਾ ਯਾਰ ਮੈਨੂੰ ਮਿਲ ਚੌਂਕ ਲਾ ਕੇ ਆ ਤੇਰੀ ਖਾਤਰ ਬਾਹਰ ਕਰ ਕੇ 15 ਤੇ ਫੋਨ ਕਰ ਕਹਿੰਦੇ ਆ 4 ਵਜੇ ਨੰਬਰ ਕੀ ਆਇਆ ਭਲਾ ਉਹ ਕਹਿੰਦੇ ਨੰਬਰ ਪਤਾ ਨੀ ਕੀ ਆਇਆ 8 ਵਜੇ ਤੇਰੇ ਨਾਲ ਡਾਲਾ ਆ ਰਿਹਾ ਪੀਜ਼ਾ ਡਿਲੀਵਰੀ ਬੁਆਏ ਬਣ ਗਿਆ ਤੇ ਆਪਣੇ ਪਿੱਛੇ ਡੱਬੇ ਤੇ ਉਰਸ ਦੀਆਂ ਫਲੈਕਸਾਂ ਲਾ ਕੇ ਸ਼ੂਰੀ ਐਡਵਰਟਾਈਜ਼ ਉਰਸ ਦੀਆਂ ਫਲੈਕਸਾਂ ਲਾ ਕੇ ਡੱਬੇ ਤੇ ਨਾਜ਼ਰੀਨ ਤੁਹਾਡੀਆਂ ਦੁਆਵਾਂ ਇਨਸ਼ਾ ਅੱਲਾਹ ਤਾਲਾ ਮੈਂ ਦੁਆ ਕਰਨਾ ਕਿ ਇੱਦਾਂ ਹੀ ਮੈਂ ਜਾਣਦਾ ਰਵਾਂ
ਔਰ ਜਿਹੜੀ ਮੈਂ ਗੱਲ ਕੀਤੀ ਨਾ ਉਸ ਤੋਂ ਮੈਂ ਬਾਜ਼ ਰਹਾਂ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਂ ਸਾਰਿਆਂ ਲਈ ਦੁਆ ਕਰਾਂਗਾ ਜਿੰਨੇ ਮੇਰੇ ਜਿੰਨੇ ਸਾਰੇ ਨੇ ਨਾ ਸਾਰਿਆਂ ਲਈ ਮੈਂ ਦੁਆ ਤੇਰੇ ਲਈ ਕੀ ਕਰਨਾ ਮੈਂ ਮੁਸਲਮਾਨ ਹੋ ਜਾਵੇ ਮੈਂ ਗੁਜਰ ਗਈ ਬਾਬਾ ਸਰ ਬਹੁਤ ਸ਼ੁਕਰੀਆ ਨਾਲ ਦੁਆ ਕਰਨਾ ਮੈਨੂੰ ਉੱਥੇ ਜਾ ਕੇ ਵੀ ਮੈਂ ਤੁਹਾਡੇ ਨਾਲ ਰਾਬਤੇ ਚ ਰਵਾਂਗਾ ਬਹੁਤ ਇੱਕ ਜਾਂਦੀ ਵਾਰੀ ਤਰ੍ਹਾਂ ਭਾਜੀ ਅੰਨਾ ਦਾਨ ਨੂੰ ਦੇਖਣ ਦਿਆ ਕੋਈ ਫਾਇਦਾ ਨਹੀਂ ਇਹਦਾ ਇੱਕ ਭਰਾ ਕੁੱਬਾ ਸੀ ਉਹਨੇ ਹਵਾਈ ਫਾਇਰਿੰਗ ਕੀਤੀ ਉਹ ਲੋਕਾਂ ਨੂੰ ਵੱਜ ਗਈ